ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਆਗਰੇ ਦਾ ਪੇਠਾ ਇਹ ਆਪਾਂ ਪੇਠਾ ਲਿਆ ਜੀ ਇਹ ਜਿਹੜਾ ਮਠਿਆਈ ਵਾਲਾ ਪੇਠਾ ਹੁੰਦਾ ਉਹ ਅਲੱਗ ਹੁੰਦਾ ਸਬਜ਼ੀ ਵਾਲਾ ਜਿਹੜਾ ਪੇਠਾ ਹੁੰਦਾ ਉਹ ਅਲੱਗ ਹੁੰਦਾ ਇਹ ਥੋੜਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਵਾਈਟ ਕਲਰ ਦਾ ਇਹ ਉੱਪਰ ਜਿਹੜਾ ਚਿੱਟਾ-ਚਿੱਟਾ ਇਹਦੇ ਹੈਗਾ ਇਹ ਮਠਿਆਈ ਵਾਲਾ ਪੇਠਾ ਹੈ ਜਦੋਂ ਵੀ ਤੁਸੀਂ ਪੇਠਾ ਲੈਣਾ ਤਾਂ ਮਠਿਆਈ ਵਾਲਾ ਪੇਠਾ ਕਹਿ ਕੇ ਹੀ ਲੈਣਾ ਤੇ ਵੈਸੇ ਤਾਂ ਜਿਹੜਾ ਆਪਾਂ ਸਬਜੀ ਬਣਾਉਣੀ ਆ ਜਿਹੜੇ ਪੇਠੇ ਦੀ ਕद्दू ਪੇਠਾ ਜੀ ਨੂੰ ਕਹਿੰਦੇ ਆ ਉਹਦੇ ਤੋਂ ਵੀ ਜਿਹੜਾ ਆਪਾਂ ਮਠਿਆਈ ਪੇਠਾ ਬਣਾ ਸਕਦੇ ਆ ਪਰ ਜਿਹੜਾ ਇਹ ਸਪੈਸ਼ਲ ਹੁੰਦਾ ਹੈ ਪੇਠਾ ਜਿਹਦੇ ਤੋਂ ਮਠਿਆਈ ਬਣਾ ਕੇ ਤਿਆਰ ਕੀਤੀ ਜਾਂਦੀ ਆ ਤੇ ਹਾਂਜੀ ਇਹ ਆਪਾਂ ਹੁਣ ਇਹਨੂੰ ਕੱਟਦੇ ਆ ਇਹ ਜਿਹੜਾ ਪੇਠਾ ਹੈ ਜਿਹੜਾ ਸਾਨੂੰ ਸਹੀ ਨਹੀਂ ਮਿਲਿਆਗਾ ਸੁੱਕਿਆ ਹੋਇਆ ਪੇਠਾ ਹੈ ਜਦੋਂ ਵੀ ਤੁਸੀਂ ਪੇਠਾ ਲੈਣਾ ਧਿਆਨ ਰੱਖਿਆ ਜੋ ਪੇਠਾ ਜਿਹੜਾ ਤੁਸੀਂ ਸੁੱਕਿਆ ਹੋਇਆ ਨਹੀਂ ਲੈਣਾਗਾ ਪਹਿਲਾਂ ਪੇਠਾ ਜਿਹੜਾ ਸਾਨੂੰ ਆ ਆਪਾਂ ਕੱਟ ਲਿਆ ਦੇਖੋ ਵਿੱਚੋਂ ਸੁੱਕਿਆ ਹੋਇਆ ਪੇਠਾ ਏ ਇਹ ਸਹੀ ਨਹੀਂਗਾ ਪੇਠਾ ਚਲੋ ਫੇਰ ਵੀ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਆ ਇਹਦੇ ਵਿੱਚ ਜਿਹੜਾ ਦਾਲ ਆ ਉਹ ਬਹੁਤ ਘੱਟ ਆ ਆ ਦੇਖੋ ਇਹਦੀ ਆਪਾਂ ਜਦੋਂ ਸ਼ੈਲ ਲਾਵਾਂਗੇ ਤਾਂ ਪੀਸ ਆ ਜਿਹੜੇ ਆਪਾਂ ਨੂੰ ਮੋٹے ਚਾਹੀਦੇ ਆ ਤੇ ਇਸ ਦੇ ਪੀਸ ਆ ਜਿਹੜੇ ਆਪਣੇ ਪਤਲੇ ਹੋਣਗੇ ਕਿਉਂਕਿ ਆਪਣਾ ਜਿਹੜਾ ਇਹ ਪੇਠਾ ਏ ਸਹੀ ਨਹੀਂ ਸੀਗਾ ਪਹਿਲਾਂ ਵੀ ਜਦੋਂ ਲਿਆ ਸੀ ਉਦੋਂ ਵੀ ਇਹ ਸੁੱਕਿਆ ਹੋਇਆ ਸੀ ਕੁਝ ਜਿਹੜਾ 2 ਦਿਨ ਮੈਥੋਂ ਵੀ ਜਿਹੜੀ ਵੀਡੀਓ ਨਹੀਂ ਬਣਾ ਕੇ ਬਣਾਈ ਨਹੀਂ ਗਈ ਕਿ ਇਸ ਕਰਕੇ ਜਿਹੜਾ ਇਹ ਪੇਠਾ ਏ ਸਹੀ ਨਹੀਂ ਰਿਹਾਗਾ ਸੁੱਕ ਗਿਆ ਤੇ ਪਹਿਲਾਂ ਵੀ ਜਿਹੜਾ ਇਹ ਤੁਸੀਂ ਇੱਕ ਸਾਈਡ ਤੋਂ ਦੇਖਿਆ ਸੀ ਸੁੱਕਿਆ ਹੋਇਆ ਸੀਗਾ ਲਓ ਜੀ ਆਪਾਂ ਪੇਠੇ ਨੂੰ ਜਿਹੜਾ ਕੱਟ ਲਿਆ ਇਹ ਕੱਟ ਕੇ ਇਹਦੇ ਆਪਾਂ ਪੀਸ ਤਿਆਰ ਕਰ ਲਿਆ ਪੀਸ ਜਿਹੜੇ ਆਪਾਂ ਨੂੰ ਇਹਦੇ ਮੋٹے-ਮੋٹے ਚਾਹੀਦੇ ਪਰ ਇਹ ਸੁੱਕਿਆ ਹੋਣ ਕਰਕੇ ਜਿਹੜਾ ਇਹਦੇ ਪੀਸ ਆ ਜਿਹੜੇ ਪਤਲੇ ਆ ਹੁਣ ਆਪਾਂ ਕੀ ਕਰਨਾ ਇਹਨਾਂ ਪੀਸਾਂ ਦੇ ਵਿੱਚ ਜਿਹੜੇ ਪਾਛ ਲਾ ਦੇਨੇ ਆ ਫੌਕ ਦੇ ਨਾਲ ਆ ਦੇਖੋ ਇਸ ਤਰ੍ਹਾਂ ਜਿਹੜੇ ਸਰਾਖ ਕਰ ਦੇਣੇ ਆ ਇਹਨਾਂ ਨੂੰ ਜਿਹੜਾ ਸਰਾਖ ਕਰਨ ਦੇ ਨਾਲ ਸੌਫਟ ਨਰਮ ਹੋ ਜਾਣਗੇ ਫਿਰ ਜਿਹੜਾ ਇਸ ਨੂੰ ਆਪਾਂ ਕਾਲੀ ਵਾਲੇ ਪਾਣੀ ਦੇ ਵਿੱਚ ਜਿਹੜਾ ਭੋਂਕੇ ਰੱਖਣਾ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਵਿੱਚ ਪੱਛ ਲਾਉਣੇ ਆ ਪੀਸਾਂ ਦੇ ਵਿੱਚ ਪੇਠੇ ਦੇ ਵਿੱਚ ਉਦੋਂ ਬਚਾ ਕੇ ਧਿਆਨ ਦੇ ਨਾਲ ਲਾਇਓ ਕਿ ਤੁਹਾਡਾ ਜਿਹੜਾ ਫੌਕ ਆ ਉਹ ਹੱਥ ਤੇ ਨਾ ਲੱਗ ਜੇ ਕਿਉਂਕਿ ਥੋੜਾ ਹਾਰਡ ਹੁੰਦਾ ਇਹ ਇਹ ਥੋੜਾ ਜਿਹੜਾ ਔਖਾ ਜਿਹਾ ਕੰਮ ਹੁੰਦਾ ਹੈ ਹੋਰ ਬਾਕੀ ਸਾਰਾ ਜਿਹੜਾ ਇਹ ਬਹੁਤ ਹੀ ਬਣਾਉਣਾ ਸੌਖਾ ਹੈ ਜਿਹੜਾ ਮਠਿਆਈ ਵਾਲਾ ਪੇਠਾ ਆਪਾਂ ਘਰਾਂ ਦੇ ਵਿੱਚ ਬਣਾ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹੀ ਬਣਾਇਆ ਜਾਂਦਾ ਕੋਈ ਔਖਾ ਨਹੀਂਗਾ ਇਹਦੇ ਲਈ ਬਸ ਸਿਰਫ ਟਾਈਮ ਦਾ ਹੀ ਹੋ ਜਾਂਦਾ ਏ ਤੇ ਟਾਈਮ ਵੱਧ ਲੱਗਦਾ ਤੇ ਆਪਾਂ ਸਾਰੇ ਪੀਸ ਆ ਜਿਹੜੇ ਆ ਦੇਖੋ ਸਾਰੇ ਪੀਸ ਆ ਜਿਹੜੇ ਇਹ ਆਪਣੇ ਪਤਲੇ-ਪਤਲੇ ਆ ਤੇ ਜੇ ਆਪਣਾ ਪੇਠਾ ਵਧੀਆ ਹੋਵੇ ਪੂਰਾ ਸਹੀ ਹੋਵੇ ਤਾਂ ਇਸ ਦੇ ਜਿਹੜੇ ਪੀਸ ਆ ਉਹ ਮੋਟੇ ਹੋਣਗੇ ਤੇ ਇਸ ਦਾ ਜਿਹੜਾ ਵਿਚਲਾ ਦਾਲ ਆ ਪੇਠੇ ਦਾ ਉਹ ਸੁੱਕਿਆ ਹੋਇਆ ਤਾਂ ਕਰਕੇ ਜਿਹੜੇ ਇਹਦੇ ਪੀਸ ਪਤਲੇ ਆ ਜਦੋਂ ਵੀ ਤੁਸੀਂ ਇਹ ਮਠਿਆਈ ਵਾਲਾ ਪੇਠਾ ਲੈਣਾ ਤੇ ਧਿਆਨ ਰੱਖਿਆ ਜੋ ਪੇਠਾ ਦੇਖ ਕੇ ਲਿਆਜੋ ਸਹੀ ਲਿਆਜੋ ਸੁੱਕਿਆ ਹੋਇਆ ਪੇਠਾ ਨਾ ਲਿਆਜੋ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਪੀਸਾਂ ਦੇ ਵਿੱਚ ਜਿਹੜਾ ਫੌਕ ਨਾਲ ਸਰਾਕ ਕਰ ਲੈਣੇ ਆ ਪਛ ਲਾ ਲੈਣੇ ਆ ਆ ਦੇਖੋ ਨਰਮ ਹੋ ਗਿਆ ਪਛ ਲਾਉਣ ਦੇ ਨਾਲ ਹੁਣ ਆਪਾਂ ਕੀ ਕਰਨਾ ਹੈ ਆਪਾਂ ਪਾਣੀ ਲੈ ਲਿਆ ਪਾਣੀ ਆਪਾਂ ਉਹਨਾਂ ਲੈਣਾ ਜਿਹਦੇ ਵਿੱਚ ਆਪਣੇ ਜਿਹੜੇ ਇਹ ਪੀਸ ਡੁੱਬ ਜਾਣ ਇਹ ਆਪਣਾ 3 ਕਿਲੋ ਪੇਠਾ ਸੀਗਾ ਤੇ ਸ਼ੈਲ ਕੇ ਵਿੱਚੋਂ ਗੁੱਦਾ ਕੱਢ ਕੇ ਜਿਹੜਾ 2 ਕਿਲੋ ਵਜਨ ਰਹਿ ਗਿਆ ਹੋਣਾ ਹੈ ਆਈਡੀਆ ਤੇ ਹੁਣ ਆਪਾਂ ਇਹ ਕਲੀ ਲੈ ਲਈ ਆ ਇਹ ਆਪਾਂ ਜਿਹੜੀ ਕਲੀ ਲਈ ਆ ਜਿਹੜੇ ਰੰਗ ਕਰਦੇ ਜਿਹਦੇ ਵਿੱਚ ਰੰਗ ਆਈ ਕਲੀ ਹੁੰਦੀ ਆ ਉਹੀ ਆਪਾਂ ਜਿਹੜੀ ਇਹ ਕਲੀ ਲਈ ਆ ਤੇ ਤੁਸੀਂ ਜਿਹੜੀ ਦੂਸਰੀ ਕਲੀ ਵੀ ਹੁੰਦੀ ਐ ਇੱਕ ਉਹ ਵੀ ਲੈ ਸਕਦੇ ਜੇ ਮਿਲਦੀ ਹੁੰਦੀ ਐ ਪਰ ਅਸੀਂ ਉਹ ਨਹੀਂ ਲਈਗੀ ਤੇ ਇਹ ਆਪਾਂ 2 ਤੋਂ 3 ਚਮਚ ਜਿਹੜੇ ਕਲੀ ਦੇ ਪਾ ਲਈ ਆ ਹੁਣ ਆਪਾਂ ਇਹਨੂੰ ਕੀ ਕਰਨਾ 10 ਤੋਂ 12 ਘੰਟੇ ਜਿਹੜਾ ਇਸ ਤਰ੍ਹਾਂ ਕਲੀ ਦੇ ਵਿੱਚ ਰੱਖ ਦੇਣਾ ਇਹਨੂੰ ਡਬੋ ਕੇ 10 12 ਘੰਟੇ ਤੱਕ ਜਿਹੜਾ ਇਹਨੂੰ ਟਾਕੇ ਰੱਖ ਦੇਣਾ ਤੇ ਵਿੱਚ ਦੀ ਇੱਕ ਦੋ ਵਾਰ ਜਿਹੜਾ ਇਹਨੂੰ ਆਪਾਂ ਹਿਲਾ ਦਵਾਂਗੇ ਲਓ ਜੀ ਇਸ ਨੂੰ ਜਿਹੜਾ ਕਾਲੀ ਵਾਲੇ ਪਾਣੀ ਚ ਆਪਾਂ ਤਾਂ ਰੱਖਣਾ ਹੁੰਦਾ ਕਿ ਥੋੜਾ ਜਿਹੜਾ ਇਹ ਪੀਸ ਆ ਹਾਰਡ ਹੋ ਜਾਂਦੇ ਆ ਸਖਤ ਹੋ ਜਾਂਦੇ ਆ ਲਓ ਜੀ ਆਪਾਂ 10-12 ਘੰਟੇ ਹੋ ਗਏ ਆ ਕਾਲੀ ਵਾਲੇ ਪਾਣੀ ਦੇ ਵਿੱਚ ਰੱਖਿਆ ਹੋਇਆ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਕਾਲੀ ਵਾਲੇ ਪਾਣੀ ਦੇ ਵਿੱਚੋਂ ਕੱਢ ਲੈਣਾ ਕੱਢਣ ਤੋਂ ਬਾਅਦ ਇਹਨੂੰ ਤਿੰਨ ਚਾਰ ਪਾਣੀਆਂ ਦੇ ਨਾਲ ਚੰਗੀ ਤਰ੍ਹਾਂ ਮਲ ਮਲ ਕੇ ਜਿਹੜਾ ਇਹਨੂੰ ਧੋ ਲੈਣਾ ਇਹਦੇ ਵਿੱਚੋਂ ਕਲੀ ਆ ਜਿਹੜੀ ਆਪਾਂ ਕੱਢ ਦੇਣੀ ਆ ਇੱਕ ਆਪਾਂ ਭਾਂਡਾ ਲੈ ਲਿਆ ਅਲੱਗ ਹੁਣ ਆਪਾਂ ਸਾਫ਼ ਪਾਣੀ ਦੇ ਨਾਲ ਇਹਨੂੰ ਜਿਹੜਾ 4 ਤੋਂ 5 ਪਾਣੀਆਂ ਦਾ ਨਾਲ ਖੁੱਲੇ ਪਾਣੀ ਦੇ ਵਿੱਚ ਜਿਹੜਾ ਧੋਕੇ ਵਾਸ਼ ਕਰਾਂਗੇ ਇਹਨੂੰ ਮਲ ਮਲ ਕੇ ਤਾਂ ਕਿ ਇਹਦੇ ਵਿੱਚੋਂ ਜਿਹੜੀ ਕਲੀ ਨਿਕਲ ਜਾਵੇ ਤੁਸੀਂ ਕਲੀ ਕੋਈ ਵੀ ਲੈ ਲਓ ਜਿਹੜੀ ਤੁਹਾਨੂੰ ਕਲੀ ਮਿਲਦੀ ਆ ਪਰ ਇਹ ਅਸੀਂ ਜਿਹੜੀ ਦੂਸਰੀ ਕਲੀ ਸੀ ਜਿਹੜੀ ਆਪਾਂ ਕਲਰ ਕਰਨ ਵੇਲੇ ਲੈਣੇ ਹੁੰਨੇ ਆ ਉਹੀ ਕਲੀ ਆ ਇਹ ਇਸ ਤਰ੍ਹਾਂ ਆਪਾਂ ਜਿਹੜਾ ਇਹਨੂੰ ਵਾਸ਼ ਚੰਗੀ ਤਰ੍ਹਾਂ ਕਰਨਾ ਹੈ 10-12 ਘੰਟੇ ਰੱਖਣ ਤੋਂ ਬਾਅਦ 4 ਤੋਂ 5 ਪਾਣੀ ਲੈ ਲਓ ਖੁੱਲੇ ਪਾਣੀ ਤੇ ਮਲ ਮਲ ਕੇ ਧੋ ਲਓ ਤਾਂ ਕਿ ਇਹਦੇ ਵਿੱਚੋਂ ਜਿਹੜੀ ਕਲੀ ਚੰਗੀ ਤਰ੍ਹਾਂ ਨਿਕਲ ਜਾਵੇ ਤੁਸੀਂ ਇਸ ਤਰ੍ਹਾਂ ਟਰਾਈ ਜ਼ਰੂਰ ਕਰਿਓ ਜੋ ਤੁਸੀਂ ਵੀ ਜਿਹੜੀ ਇਹ ਪੇਠਾ ਮਠਿਆਈ ਆ ਬਣਾ ਕੇ ਜ਼ਰੂਰ ਤਿਆਰ ਕਰਿਓ ਜੋ ਕਿਉਂਕਿ ਇਹਦੇ ਤੇ ਸਿਰਫ ਟਾਈਮ ਹੀ ਲੱਗ ਜਾਂਦਾ ਤੇ ਪਰ ਮਿਹਨਤ ਕੋਈ ਜ਼ਿਆਦਾ ਨਹੀਂ ਲੱਗਦੀ ਕੋਈ ਔਖਾ ਨਹੀਂ ਮੁਸ਼ਕਲ ਨਹੀਂਗਾ ਬਹੁਤ ਸੌਖਾ ਹੈ ਬਣਾਉਣਾ ਤੇ ਬਹੁਤ ਹੀ ਵਧੀਆ ਜਿਹੜਾ ਇਹ ਬਣ ਕੇ ਤਿਆਰ ਹੁੰਦਾ ਹੈ ਹੋ ਸਕਿਆ ਮੈਂ ਦੁਬਾਰਾ ਤੁਹਾਡੇ ਨਾਲ ਇੱਕ ਵੀਡੀਓ ਫੇਰ ਬਣਾ ਕੇ ਸ਼ੇਅਰ ਕਰੂੰਗੀ ਵਧੀਆ ਪੇਠਾ ਲਿਆ ਕੇ ਵਧੀਆ ਤਰੀਕੇ ਦੇ ਨਾਲ ਜਿਹੜਾ ਕਿ ਦੇਖਣ ਦੇ ਵਿੱਚ ਵੀ ਤੁਹਾਨੂੰ ਵਧੀਆ ਲੱਗੇ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਹੋਰ ਬਣਾ ਕੇ ਸ਼ੇਅਰ ਕਰਾਂਗੇ ਦਵਾਰਾ ਪੇਠਾ ਲੈ ਕੇ ਆਵਾਂਗੇ ਲੋ ਜੀ ਆਪਾਂ ਪੇਠੇ ਦੀਆਂ ਫਾੜੀਆਂ ਨੂੰ ਜਿਹੜਾ ਚੰਗੀ ਤਰ੍ਹਾਂ ਧੋਕੇ ਪੀਸਾ ਨੂੰ ਤਿਆਰ ਕਰ ਲਿਆ ਤੇ ਇੱਧਰ ਮੇਰਾ ਪਾਣੀ ਜਿਹੜਾ ਗਰਮ ਹੋਣ ਲਈ ਰੱਖਿਆ ਹੋਇਆ ਸੀ ਗੈਸ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪੀਸ ਇਹ ਪਾ ਤੇ ਕੱਟੇ ਹੋਏ ਤੇ ਇਸ ਨੂੰ ਜਿਹੜਾ ਆਪਾਂ 15 ਤੋਂ 20 ਮਿੰਟ ਤੱਕ ਉਬਾਲਣਾ ਪੂਰੀ ਚੰਗੀ ਤਰ੍ਹਾਂ ਆਪਾਂ ਇਹਨੂੰ ਉਬਾਲ ਲੈਣਾ 15-20 ਮਿੰਟ ਤੱਕ ਇਹ 15-20 ਮਿੰਟ ਹੋ ਗਿਆ ਇਹ ਅੱਗੇ ਨਾਲੋਂ ਜਿਹੜਾ ਟਰਾਂਸਫਰ ਹੋ ਚੁੱਕਿਆ ਵਾ ਦੇਖੋ ਤੁਸੀਂ ਦੇਖ ਹੀ ਰਹੇ ਹੋ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਪਾਣੀ ਵੀ ਜਿਹੜਾ ਇਹਦਾ ਕਲਰ ਆ ਚੇਂਜ ਹੋ ਗਿਆ ਹੁਣ ਆਪਾਂ ਜਿਹੜਾ ਇਹਨੂੰ ਪਾਣੀ ਦੇ ਵਿੱਚੋਂ ਕੱਢ ਲਵਾਂਗੇ ਇੱਕ ਜਾਲੀ ਦੇ ਵਿੱਚ ਤੇ ਪਾਣੀ ਜਿਹੜਾ ਇਹਦਾ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਣਾ ਵੀ ਪਾਣੀ ਨਹੀਂ ਹੋਣਾ ਚਾਹੀਦਾ ਆ ਦੇਖੋ ਹੋ ਸਕੇ ਤਾਂ ਇਸ ਨੂੰ ਫਾੜੀਆਂ ਨੂੰ ਤੁਸੀਂ ਕੁੱਟ ਕੇ ਨਿਚੋੜ ਵੀ ਸਕਦੇ ਆ ਤੇ ਇਧਰ ਆਪਾਂ ਲੈ ਲਿਆ 800 ਗ੍ਰਾਮ ਖੰਡ ਲੈ ਲਿਆ ਜਾਂ 1 ਕਿਲੋ ਲੈ ਲਓ 2 ਕਿਲੋ ਆਪਣਾ ਇਹ ਵਾਜਿਆ ਨਾ ਪੇਠੇ ਦਾ 3 ਕਿਲੋ ਸੀਗਾ ਆਪਣਾ ਸਾਰਾ ਪੇਠਾ ਤੇ ਛੱਲ ਕੇ ਵਿੱਚੋਂ ਗੁੱਦਾ ਕੱਢ ਕੇ ਜਿਹੜਾ ਇਹ 2 ਕਿਲੋ ਦਾ ਆਈਡੀਆ ਰਹਿ ਗਿਆ ਤੇ ਉਹਦੇ ਲਈ ਆਪਾਂ ਨੂੰ 1 ਕਿਲੋ ਖੰਡ ਬਹੁਤ ਆ ਵੈਸੇ ਮੈਂ ਤਾਂ ਘੱਟ ਪਾਈ ਆ 800 ਗ੍ਰਾਮ ਪਾਈ ਆ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਕਿਉਂਕਿ ਪੇਠੇ ਦੀਆਂ ਜਿਹੜੀਆਂ ਆਪਣੀਆਂ ਫਾੜੀਆਂ ਇਹ ਉਹਦੇ ਵਿੱਚ ਪਾਣੀ ਆਲਰੇਡੀ ਹੈਗਾ ਇਸ ਕਰਕੇ ਆਪਾਂ ਨੂੰ ਪਾਣੀ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਆ ਦੇਖੋ ਖਾਂਡਾ ਜਿਹੜੀ ਆਪਣੀ ਕੋਲਨੀ ਸ਼ੁਰੂ ਹੋ ਗਈ ਆ ਤੇ ਇਹਨੂੰ ਲਗਾਤਾਰ ਜਿਹੜਾ ਹਲਾਈ ਜਾਣਾ ਹਾਈ మీడియం ਤੇ ਰੱਖ ਕੇ ਗੈਸ ਨੂੰ ਤੇ ਲਗਾਤਾਰ ਜਿਹੜਾ ਇਹਨੂੰ ਹਲਾਈ ਜਾਣਾ ਤੇ ਇਸ ਨੂੰ ਆਪਾਂ 19 ਡੇਰ ਪਕਾਉਣਾ ਇਹਦੇ ਤੇ ਆਪਣਾ ਟਾਈਮ ਲੱਗ ਜਾਊਗਾ 20-25 ਮਿੰਟ ਜਿਹੜੇ ਲੱਗ ਜਾਣਗੇ ਜਿੰਨੀ ਦੇਰ ਬਿਲਕੁਲ ਜੇ ਇਹਦੀ ਚਾਸ਼ਨੀ گاੜੀ ਨਹੀਂ ਹੋ ਜਾਂਦੀ ਆਪਾਂ ਓਨੀ ਦੇਰ ਇਹਨੂੰ ਪਕਾਉਣਾ ਆ ਦੇਖੋ ਇਹਦੀ ਚਾਸ਼ਨੀ ਆ ਜਿਹੜੀ ਹਾਲੇ ਪਤਲੀ ਆ ਇਹੀ ਦੇਖੀ ਜਾਣਾ ਇਹਦੀ ਚਾਸ਼ਨੀ ਆ ਜਿਹੜੀ ਬਿਲਕੁਲ گاੜੀ ਹੋ ਜੂਗੀ ਤਾਰ ਬਣਨੀ ਜਿਹੜੀ ਸ਼ੁਰੂ ਹੋ ਜੂਗੀ ਜਿਹੜੇ ਇਹਦੇ ਡ੍ਰੌਪ ਡਿੱਗਦੇ ਹੁੰਦੇ ਆ ਉਹ ਜਿਹੜੇ ਕਿ ਹੌਲੀ-ਹੌਲੀ ਡ੍ਰਿੱਪ ਦੇ ਹੁੰਦੇ ਆ ਆ ਦੇਖੋ ਚਾਸ਼ਨੀ ਹਾਲੇ ਜਿਹੜੀ ਇਹਦੀ ਪਤਲੀ ਆ ਹਜੇ ਆਪਣੇ ਜਿਹੜੇ 10 ਮਿੰਟ ਲੱਗ ਜਾਣਗੇ ਲਓ ਜੀ 10 ਮਿੰਟ ਬਾਅਦ ਦੇਖੋ ਚਾਸ਼ਨੀ ਬਿਲਕੁਲ گاੜੀ ਹੋ ਗਈ ਆ ਹੁਣ ਆਪਾਂ ਜਿਹੜਾ ਗੈਸ ਨੂੰ ਬੰਦ ਕਰ ਦੇਾਂਗੇ ਤੇ ਲਗਾਤਾਰ ਆਪਾਂ ਇਹਨੂੰ ਹਿਲਾਈ ਜਾਵਾਂਗੇ ਤੇ ਬਿਲਕੁਲ ਆਪਾਂ ਜਿਹੜਾ ਇਹ ਡਰਾਈ ਪੇਠਾ ਮਠਿਆਈ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਜੂਸੀ ਥੋੜਾ ਜਿਹਾ ਜੂਸੀ ਬਣਾਉਣਾ ਚਾਹੁੰਦੇ ਆ ਤਾਂ ਥੋੜੀ ਜਿਹੀ ਚਾਸ਼ਨੀ ਇਹਦੀ ਜਿਹੜੀ ਇਸ ਤੋਂ ਪਤਲੀ ਰੱਖੋ ਤੇ ਗੈਸ ਨੂੰ ਜਿਹੜਾ ਬੰਦ ਕਰ ਦਿਓ ਪਰ ਆਪਾਂ ਜਿਹੜਾ ਬਿਲਕੁਲ ਡਰਾਈ ਪੇਠਾ ਬਣਾਉਣਾ ਜੂਸੀ ਪੇਠਾ ਨਹੀਂ ਬਣਾਉਣਾਗਾ ਕਿਉਂਕਿ ਉਹ ਮੈਨੂੰ ਸਾਨੂੰ ਵਧੀਆ ਨਹੀਂ ਲੱਗਦਾਗਾ ਜਿਹਦੇ ਵਿੱਚ ਪਾਣੀ ਹੋਵੇ ਤੇ ਹੁਣ ਇਹਨੂੰ ਆਪਾਂ ਬਸ ਗੈਸ ਆਪਣਾ ਬੰਦ ਦਾ 5 ਮਿੰਟ ਇਹਨੂੰ ਆਪਾਂ ਇਸੇ ਤਰ੍ਹਾਂ ਹਿਲਾਈ ਜਾਣਾ ਤੇ ਇਹਨੇ ਬਿਲਕੁਲ ਜਿਹੜਾ ਡਰਾਈ ਹੋ ਜਾਣਾ ਆ ਦੇਖੋ ਠੰਡਾ ਜਿਵੇਂ ਜਿਵੇਂ ਇਹ ਠੰਡਾ ਹੋਈ ਗਿਆ ਓਵੇਂ ਓਵੇਂ ਇਸਨੇ ਜਿਹੜਾ ਡਰਾਈ ਹੋ ਜਾਣਾ ਹੁਣ ਆਪਾਂ ਜਿਹੜਾ ਇੱਕ ਥਾਲ ਵਿੱਚ ਪੀਸ ਕੱਢ ਲੈਣੇ ਆ ਜਦੋਂ ਬਿਲਕੁਲ ਠੰਡਾ ਹੋ ਗਿਆ ਉਦੋਂ ਇਸ ਦੀ ਜਿਹੜੀ ਉੱਪਰਲੀ ਖਾਂਡਾ ਉਹ ਆਪਣੇ ਆਪ ਹੀ ਝੜ ਜਾਣੀ ਆ ਤੇ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਜੂਸ ਆ ਉਹ ਰਾਜ ਚੁੱਕਿਆ ਖਾਣ ਦਾ ਜਿਹੜੀ ਰਾਜ ਚੁੱਕੀ ਆ ਪੇਠੇ ਦੇ ਵਿੱਚ ਲਓ ਜੀ ਆਪਣੇ ਥਾਲ ਦੇ ਵਿੱਚ ਹਜੇ ਤਾਂ ਗਰਮ ਆ ਤੇ ਹੁਣ ਆਪਾਂ ਆ ਦੇਖੋ ਜੀ ਇਹ ਹੁਣ ਆਪਣਾ ਜਿਹੜਾ ਪੇਠਾ ਖਾਣ ਦੇ ਲਈ ਬਿਲਕੁਲ ਤਿਆਰ ਆ ਬਣ ਚੁੱਕਿਆ ਤੇ ਹਲਕਾ ਜਿਹਾ ਹਲੇ ਤਾਂ ਗਰਮ ਆ ਹਾਂਜੀ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਦੇ ਨਾਲ ਟਰਾਈ ਜਰੂਰ ਕਰਨਾ ਬਣਾ ਲਓਗੇ ਬਹੁਤ ਵਧੀਆ ਬਣ ਜੂਗਾ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਓ